ਅੱਜ ਅਸੀਂ ਗੱਲ ਕਰਾਂਗੇ ਕਿ ਵਿਆਹ ਦੇ ਵਿੱਚ ਜਿੰਨਾ ਇਹ ਦੇਰ ਹੋ ਰਹੀ ਹੈ ਕਿੱਦਾਂ ਕਿਹੜੇ ਕਿਹੜੇ ਉਪਾਅ ਕਰਕੇ ਵਿਆਹ ਉਹਨਾਂ ਦਾ ਜਲਦੀ ਹੋ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਜੇ ਸ਼ਨੀ ਦੇ ਕਾਰਨ ਵਿਆਹ ਦੇ ਵਿੱਚ ਦੇਰ ਹੋ ਰਹੀ ਹੈ ਤਾਂ ਸ਼ਿਵਲਿੰਗ ਦੇ ਉੱਤੇ ਕਾਲੇ ਤਿਲ ਚੜਾਓ। ਇੱਦਾਂ ਹੀ ਤੁਸੀਂ ਸ਼ਨੀ ਦੇਵ ਦੀ ਪ੍ਰਸੰਨਤਾ ਦੇ ਲਈ ਸ਼ਨੀਵਾਰ ਵਾਲੇ ਦਿਨ ਪਿੱਪਲ ਦੇ ਪੇੜ ਦੇ ਉੱਤੇ ਜਲ ਚੜਾ ਸਕਦੇ ਹੋ, ਜਿਹਦੇ ਵਿੱਚ 2 ਚਮਚੇ ਦੁੱਧ ਦਾ ਜ਼ਰੂਰ ਪਾ ਲਿਓ ਅਤੇ ਨਾਲ ਤਿਲਾਂ ਦੇ ਤੇਲ ਦਾ ਉੱਥੇ ਦੀਪਕ ਜਲਾ ਸਕਦੇ ਹੋ। ਫਿਰ ਸ਼ਨੀਦੇਵ ਦੇ ਕਾਰਨ ਜੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਕੱਪੜੇ ਦੇ ਵਿੱਚ ਸਾਬੁਤ ਮਾਂ ਜਿਹੜੇ ਲੋਹੇ ਦੀ ਕੋਈ ਚੀਜ਼ ਜਿਹੜੀ ਹੈ ਕਾਲੇ ਤਿਲ ਅਤੇ ਸਾਬਣ ਇਹ ਬੰਨ੍ਹ ਕੇ ਦਾਨ ਕਰੋ। ਸਾਬਣ ਵੀ ਤੁਸੀਂ ਸ਼ਨੀਦੇਵ ਦੇ ਲਈ ਦਾਨ ਕਰ ਸਕਦੇ ਹੋ, ਮਜ਼ਦੂਰਾਂ ਨੂੰ ਦਾਨ ਕਰੋ, ਬਹੁਤ ਵਧੀਆ ਰਹੇਗਾ। ਸੋ ਇੱਦਾਂ ਹੀ ਤੁਸੀਂ ਜਿਹੜਾ ਹੈ ਕਾਲੀ ਗਾਂ ਨੂੰ ਹਰਾ ਚਾਰਾ ਖਿਲਾਓ ਸ਼ਨੀਵਾਰ ਵਾਲੇ ਦਿਨ, ਬਸ਼ਰਤੇ ਤੁਹਾਡੇ ਸ਼ਨੀਦੇਵ ਅਤੇ ਬੁੱਧ ਦੇਵ ਦੋਨੇ ਹੀ ਤੁਹਾਡੀ ਕੁੰਡਲੀ 'ਚ ਵਧੀਆ ਰਿਜ਼ਲਟ ਨਹੀਂ ਦੇ ਰਹੇ। ਫਿਰ ਵੀਰਵਾਰ ਵਾਲੇ ਦਿਨ ਤੁਸੀਂ ਜਿਹੜਾ ਜੇ ਬ੍ਰਹਸਪਤੀ ਦੇਵ ਦੇ ਕਾਰਨ ਵਿਆਹ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਤਾਂ ਬ੍ਰਹਸਪਤੀ ਦੇਵ ਦੇ ਮੰਤਰਾਂ ਦਾ ਜਾਪ ਕਰਕੇ ਯੱਗ ਯਾਨੀ ਕਿ ਹਵਨ ਕਰਵਾਓ। ਫਿਰ ਬ੍ਰਹਸਪਤੀ ਦੇਵ ਦੀ ਪ੍ਰਸੰਨਤਾ ਦੇ ਲਈ ਤੁਸੀਂ ਪੁਖਰਾਜ ਜਿਹੜਾ ਹੈਗਾ ਇੱਕ ਸੋਨੇ ਦੀ ਅੰਗੂਠੀ ਦੇ ਵਿੱਚ ਪਾਓ ਅਤੇ ਵਿਦਵਾਨ ਬ੍ਰਾਹਮਣ ਦੇ ਦੁਆਰਾ ਅੰਗੂਠੀ ਨੂੰ ਜਿਹੜਾ ਸਿੱਧ ਕਰਵਾ ਕੇ ਉਹ ਤੋਂ ਬਾਅਦ ਤੁਸੀਂ ਧਾਰਨ ਕਰੋ। ਫਿਰ ਤੁਸੀਂ ਜਿਹੜਾ ਹੈ 16 ਵੀਰਵਾਰ ਵਰਤ ਰੱਖ ਕੇ ਪੀਲੇ ਰੰਗ ਦੇ ਕੱਪੜੇ ਜਿਹੜੇ ਆ ਉਹ ਪਾਓ ਅਤੇ ਪੀਲੀਆਂ ਚੀਜ਼ਾਂ ਦਾ ਹੀ ਦਾਨ ਵੀ ਕਰ ਸਕਦੇ ਹੋ। ਸੋ ਪੀਲੇ ਕੱਪੜੇ ਦੇ ਵਿੱਚ ਜਿਹੜੇ ਚੰਨੇ ਦੀ ਦਾਲ, ਪੀਲੇ ਫੁੱਲ, ਹਲਦੀ, ਕੇਸਰ ਇਹ ਬੰਨ੍ਹ ਕੇ ਸਿਰ ਤੋਂ ਵਾਰ ਕੇ ਕਿਸੇ ਵੀ ਵਿਰੁੱਧ ਬ੍ਰਾਹਮਣ ਨੂੰ ਦੇ ਸਕਦੇ ਹੋ। ਸ਼ੁੱਕਰ ਜੇ ਵਧੀਆ ਨਹੀਂ ਚੱਲ ਰਿਹਾ ਅਤੇ ਵਿਆਹ ਨਹੀਂ ਹੋ ਰਿਹਾ ਤਾਂ ਸ਼ੁੱਕਰਵਾਰ ਵਾਲੇ ਦਿਨ ਸਫੇਦ ਗਾਂ ਨੂੰ ਜਵਾਰ ਖਵਾ ਸਕਦੇ ਹੋ, ਰੋਟੀ ਖਵਾ ਸਕਦੇ ਹੋ। ਸੋ ਸ਼ੁੱਕਰਵਾਰ ਨੂੰ ਤੁਸੀਂ ਜਿਹੜਾ ਤੁਲਸੀ ਦਾ ਪੌਦਾ ਜੇ ਸ਼ੁੱਕਰ ਅਤੇ ਬੁੱਧ ਦੋਨੇ ਖਰਾਬ ਹੈ ਕੱਚੀ ਥਾਂ 'ਤੇ ਲਗਾਓ। ਫਿਰ ਸ਼ੁੱਕਰ ਦੇ ਕਾਰਨ ਵਿਆਹ ਦੇ ਵਿੱਚ ਜੇ ਪ੍ਰੋਬਲਮਸ ਆ ਰਹੀਆਂ ਤਾਂ ਉਹਨਾਂ ਨੂੰ ਦੂਰ ਕਰਨ ਦੇ ਲਈ ਸਫੇਦ ਚਾਵਲ ਅਤੇ ਸ਼ੁੱਕਰ ਯੰਤਰ ਸਫੇਦ ਕੱਪੜੇ ਦੇ ਵਿੱਚ ਬੰਨ੍ਹ ਕੇ ਸਿਰ ਤੋਂ 7 ਵਾਰੀ ਵਾਰ ਕੇ ਵਗਦੇ ਹੋਏ ਪਾਣੀ ਦੇ ਵਿੱਚ ਬਹਾ ਸਕਦੇ ਹੋ। ਕੇਤੂ ਦੇ ਕਾਰਨ ਜੇ ਵਿਆਹ ਦੇ ਵਿੱਚ ਪ੍ਰੋਬਲਮਸ ਆ ਰਹੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਗਣਪਤੀ ਜੀ ਦੀ ਪੂਜਾ ਕਰਨੀ ਸ਼ੁਰੂ ਕਰੋ। ਫਿਰ ਗੁੜ ਦੇ ਚਾਵਲ ਬਣਾ ਕੇ ਤੁਸੀਂ ਜਿਹੜਾ ਕੁਸ਼ਟ ਰੋਗੀਆਂ ਨੂੰ ਖਵਾ ਸਕਦੇ ਹੋ। ਕਾਲੇ ਤਿਲ ਅਤੇ 7 ਅਨਾਜ ਜਿਹੜਾ ਮੰਦਰ ਦੇ ਵਿੱਚ ਚੜਾਓ। ਫਿਰ ਕੇਤੂ ਦੀ ਸ਼ਾਂਤੀ ਦੇ ਲਈ ਤੁਸੀਂ ਹਵਨ ਕਰਵਾਓ। ਬੁੱਧ ਦੇ ਕਾਰਨ ਜੇ ਵਿਆਹ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਤਾਂ ਸਾਬਤ ਮੂੰਗੀ ਜਿਹੜੀ ਹੈ ਹਰੀ ਮੂੰਗੀ ਯਾਨੀ ਕਿ 27 ਬੁੱਧਵਾਰ ਨੂੰ ਕਿਸੇ ਵੀ ਧਰਮ ਸਥਲ 'ਤੇ ਦਾਨ ਕਰਦੇ ਰਹੋ। ਫਿਰ ਜਿਹੜਾ ਹਰੀ ਗਾਂ ਨੂੰ 27 ਬੁੱਧਵਾਰ ਖਵਾਓ। ਫਿਰ 5 ਬੁੱਧਵਾਰ ਜਿਹੜਾ ਹੈ 6 ਕੰਨਿਆਵਾਂ ਨੂੰ ਹਰੇ ਰੰਗ ਦੇ ਵਸਤਰ ਦਾਨ ਕਰਨ ਦੇ ਨਾਲ ਵੀ ਬੁੱਧ ਗ੍ਰਹਿ ਦੀ ਸ਼ਾਂਤੀ ਹੁੰਦੀ ਹੈ। 27 ਬੁੱਧਵਾਰ ਨੂੰ ਜਿਹੜਾ ਬੱਕਰੀ ਦੇ ਦੁੱਧ ਦਾ ਸੇਵਨ ਕਰੋ ਅਤੇ ਬੁੱਧ ਗ੍ਰਹਿ ਦੀ ਪ੍ਰੋਬਲਮ ਜਿਹੜੀਆਂ ਦੂਰ ਹੁੰਦੀਆਂ। ਚੰਦਰ ਦੇ ਕਾਰਨ ਜੇ ਵਿਵਾਹਿਕ ਜੀਵਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਸੋਮਵਾਰ ਤੋਂ ਸ਼ੁਰੂ ਕਰੋ 108 ਦਿਨ ਤੱਕ ਸਫੇਦ ਗਾਂ ਨੂੰ ਪਾਣੀ ਪਿਲਾਉਂਦੇ ਰਹੋ, ਮਾਂ ਦੇ ਚਰਨ ਛੂਹੋ ਅਤੇ ਦੁੱਧ ਵੀ ਦਾਨ ਕਰ ਸਕਦੇ ਹੋ। ਫਿਰ ਤੁਸੀਂ ਸੋਮਵਾਰ ਤੋਂ ਜਿਹੜਾ 108 ਦਿਨ ਤੱਕ ਮਾਂ ਦੇ ਚਰਨ ਸਪਰਸ਼ ਕਰਦੇ ਹੋ ਤਾਂ ਉਹਦੇ ਨਾਲ ਵੀ ਚੰਦਰ ਦਾ ਦੋਸ਼ ਦੂਰ ਹੁੰਦਾ ਹੈ। 11 ਸੋਮਵਾਰ ਨੂੰ ਤੁਸੀਂ 5 ਕੰਨਿਆਵਾਂ ਨੂੰ ਖੀਰ ਖਵਾਉਂਦੇ ਹੋ ਤਾਂ ਵੀ ਚੰਦਰਮਾ ਦਾ ਦੋਸ਼ ਦੂਰ ਹੁੰਦਾ ਹੈ। ਸੋ ਪਿਆਰੇ ਦਰਸ਼ਕੋ, ਇਹ ਛੋਟੇ ਛੋਟੇ ਟੋਟਕੇ ਹੁੰਦੇ ਆ ਜਿਹਦੇ ਨਾਲ ਤੁਸੀਂ ਨਿਸ਼ਚਿਤ ਰੂਪ ਦੇ ਵਿੱਚ ਆਪਣੀ ਪ੍ਰੋਬਲਮ ਦਾ ਹੱਲ ਕਰਵਾ ਸਕਦੇ ਹੋ। ਲੇਕਿਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਪ੍ਰੋਬਲਮ ਟੋਟਕੇ ਨਾਲ ਵੀ ਠੀਕ ਨਾ ਹੋਵੇ, ਜ਼ਿਆਦਾ ਵੱਡੀ ਦਿੱਕਤ ਆ ਰਹੀ ਹੋਵੇ ਤਾਂ ਆਰਾਮ ਦੇ ਨਾਲ ਇੱਕ ਵਾਰੀ ਤੁਸੀਂ ਇੱਕ ਵਿਦਵਾਨ ਐਸਟ੍ਰੋਲੋਜਰ ਦੇ ਕੋਲੋਂ ਟਾਈਮ ਲਓ, ਜਾ ਕੇ ਪਰਸਨਲੀ ਉਹਨਾਂ ਦੇ ਕੋਲ ਆਪਣਾ ਟੇਵਾ ਪੁੱਛੋ ਅਤੇ ਪਰਮਾਤਮਾ ਜ਼ਰੂਰ ਕਿਰਪਾ ਕਰ ਸਕਦੇ ਤੁਹਾਡੇ 'ਤੇ। ਸੋ ਜੇ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਸਾਡੇ ਨੰਬਰਸ ਲਿਖੇ ਹੋਏ ਆ, ਸਾਨੂੰ ਤੁਸੀਂ ਫੋਨ 'ਤੇ ਟਾਈਮ ਲੈ ਕੇ ਉਸ ਤੋਂ ਬਾਅਦ ਕੰਟੈਕਟ ਕਰ ਸਕਦੇ ਹੋ। ਅਤੇ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁੱਕ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਤੀਆਂ ਨੂੰ ਕੁੱਖਾਂ 'ਚ ਨਾ ਮਾਰੋ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਓ, ਨਸ਼ਿਆਂ ਤੋਂ ਪਰਹੇਜ਼ ਕਰੋ ਅਤੇ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੋ। ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋਊਗੀ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।